ਬਠਿੰਡਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਰ ਸ਼ਾਮ ਅਦਾਲਤ ਕੰਪਲੈਕਸ ਦੇ ਨੇੜੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਲੋਕਾਂ ਨੇ ਅਚਾਨਕ ਤਾਬੜਤੋੜ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਦਰਅਸਲ ਅਦਾਲਤ ਕੰਪਲੈਕਸ ਦੇ ਨੇੜੇ ਚੱਲੀਆਂ ਸ਼ਰੇਆਮ ਗੋਲੀਆਂ ਨਾਲ ਇੱਕ ਲੜਕੀ ਦੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਕਾਤਲ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਮੌਕੇ ਉੱਤੇ DSP ਸਿਟੀ ਵਿਸ਼ਵਜੀਤ ਸਿੰਘ ਅਤੇ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਰਵਿੰਦਰ ਸਿੰਘ ਸਮੇਤ ਭਾਰੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਪਹੁੰਚੀ ਅਤੇ ਘਟਨਾ ਦੀ ਜਾਣਕਾਰੀ ਲਈ ਅਤੇ ਕਾਤਲਾਂ ਦੀ ਭਾਲ ਦੇ ਲਈ ਸਰਗਰਮੀ ਤੇਜ਼ ਕਰ ਦਿੱਤੀ। ਮੌਕੇ ਉੱਤੇ ਮੌਜੂਦ DSP ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਲੜਕੀ ਦੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਇਸ ਮੌਕੇ ਉੱਤੇ ਮੌਜੂਦ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਅਦਾਲਤ ਕੰਪਲੈਕਸ ਅਤੇ ਬੱਸ ਸਟੈਂਡ ਦੇ ਵਿਚਕਾਰ ਬਣੇ ਇੱਕ ਥਾਂ ਦੇ ਉੱਤੇ ਲੜਕਾ ਲੜਕੀ ਬੈਠ ਕੇ ਗੱਲਾਂ ਕਰ ਰਹੇ ਸੀ ਕਿ ਅਚਾਨਕ ਦੋਵਾਂ ਦੇ ਵਿੱਚ ਝੜਪ ਹੋ ਗਈ ਅਤੇ ਲੜਕੀ ਨੇ ਲੜਕੇ ਦੇ ਥੱਪੜ ਮਾਰਿਆ। ਇਸ ਟਾਈਮ ਦੌਰਾਨ ਇੱਕ ਮੋਟਰਸਾਈਕਲ ਸਵਾਰਾਂ ਨੇ ਲੜਕੀ ਦੇ ਗੋਲੀਆਂ ਮਾਰ ਦਿੱਤੀਆਂ। ਇੱਕ ਗੋਲੀ ਲੜਕੀ ਦੇ ਸਿੱਧੀ ਵੱਜੀ ਜਦੋਂ ਕਿ ਇੱਕ ਫਾਇਰ ਖਾਲੀ ਵੀ ਗਿਆ ਅਤੇ ਨੌਜਵਾਨ ਮੋਟਰਸਾਈਕਲ ਤੋਂ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਜ਼ਖਮੀ ਹਾਲਤ ਵਿੱਚ ਪਈ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਬਠਿੰਡਾ ਤੋਂ ਅੱਜ ਦੀ ਆਵਾਜ਼ ਦੇ ਲਈ ਗੌਰਵ ਕਾਲੜਾ ਦੀ ਰਿਪੋਰਟ। ਉਹ ਗਾਲੀਆਂ ਇਹੀ ਸਾਹਮਣੇ ਤਾਸ਼ ਖੇਡੀ ਜਾਂਦੇ ਸੀ ਇੱਥੇ ਬੈਠੇ। ਇੱਥੇ ਕਾਰ ਖੜੀ, ਕਾਰ ਦੇ ਉਹਲੇ ਦੋ ਮੁੰਡੇ ਸੀ, ਇੱਕ ਕੁੜੀ ਸੀ, ਬਹੁਤ ਚਿਰ ਦੇ ਗੱਲਾਂ ਮਾਰੀ ਜਾਂਦੇ ਸੀਗੇ। ਇਹੀ ਤਾਸ਼ ਖੇਡੀ ਜਾਂਦੇ ਸੀ। ਬਾਅਦ 'ਚ ਇੱਧਰੋਂ ਇੱਕ ਮੋਟਰਸਾਈਕਲ 'ਤੇ ਆਇਆ, ਉੱਥੇ ਉਹਨੇ ਕਾਰ ਦੇ ਪਿੱਛੇ ਮੋਟਰਸਾਈਕਲ ਖਿਲਾਰੀ ਹੈ, ਉਹਨੇ ਜੋ ਫਾਇਰ ਕੀਤਾ ਸੀਗਾ, ਫਿਰ ਸਾਈਕਲ ਦਾ ਪਟਾਕਾ ਮਾਰਿਆ ਸੀ, ਇੱਧਰਲੇ ਪਾਸੇ ਦੇਖਣ ਲੱਗ ਪਏ। ਉਹ ਜੋ ਦੂਜਾ ਫਾਇਰ ਮਾਰਿਆ ਉਹਨੇ, ਅਤੇ ਫਿਰ ਉਹ ਦੂਜਾ ਫਾਇਰ ਮਾਰਿਆ ਜੋ ਉਹਦੇ ਵੱਜਿਆ, ਜੋ ਕੁੜੀ ਅਤੇ ਮੁੰਡਾ ਉੱਠ ਕੇ ਐਨ ਭੱਜ ਗਏ। ਫਿਰ ਅਸੀਂ ਰੌਲੇ ਪੈ ਸੀਗਾ, ਲੈ ਵੀ ਉਹ ਭੱਜ ਗਿਆ ਮੁੰਡਾ, ਬਾਹਰ ਫਾਇਰ ਹੋ ਗਿਆ। ਤੀਜਾ ਫਾਇਰ ਉਹਦਾ ਖਾਲੀ ਗਿਆ, ਉਹ ਫਿਰ ਆਰਾਮ ਨਾਲ ਮੋਟਰਸਾਈਕਲ 'ਤੇ ਚੜ ਕੇ ਆਰਾਮ ਨਾਲ ਇੱਧਰ ਨੂੰ ਚਲਾ ਗਿਆ। ਕੁੜੀ ਦਾ ਹੀ ਵੱਜਿਆ ਫਾਇਰ, ਤਿੰਨ ਫਾਇਰ ਮਾਰੇ ਆ, ਜੋ ਤੀਜਾ ਫਾਇਰ ਉਹ ਜਦੋਂ ਉੱਠ ਕੇ ਭੱਜ ਗਏ, ਤੀਜਾ ਫਾਇਰ ਉਹਦਾ ਖਾਲੀ ਗਿਆ। ਕੁੜੀ ਇੱਧਰ, ਤਿੰਨੇ ਹੀ ਇੱਧਰ ਆ ਕੇ ਭੱਜਿਆ, ਕੁੜੀ ਅਤੇ ਮੁੰਡਾ ਇੱਧਰ ਭੱਜਣ, ਦੋ ਮੁੰਡੇ ਸੀ, ਕੁੜੀ ਇੱਧਰ ਭੱਜਣ, ਇੱਥੇ ਟਰੈਫਿਕ ਵਾਲਿਆਂ ਕੋਲ ਆ ਕੇ ਫਿਰ ਉਹਨੇ ਟਰੈਫਿਕ ਵਾਲਿਆਂ ਨੇ ਆਪਣਾ ਟੈਂਪੂ 'ਤੇ ਬਿਠਾ ਕੇ ਭੇਜਿਆ। ਸਰ ਜਦੋਂ ਅਸੀਂ ਵਾਇਸ ਇੱਥੇ ਅਸੀਂ ਦੇਖਿਆ ਨਾ, ਕੁੜੀ ਪੇੜੇ ਮਾਰੀ ਸੀ ਮੁੰਡੇ ਦੇ, ਉਸ ਤੋਂ ਬਾਅਦ ਕੀ ਕਹਿੰਦੇ ਉਹ ਮੁੰਡੇ ਨੇ ਗੁੱਸੇ ਜਾ ਕੇ ਬਸ ਗੋਲੀਆਂ ਚਲਾਤੀਆਂ, ਬਸ ਆਹ ਚੱਕਰ ਹੈ ਜੀ। ਕੁੜੀ ਨੇ ਉਹ ਉੱਧਰੋਂ ਹੀ ਭੱਜ ਗਏ, ਫਿਰ ਦੋ ਮੁੰਡੇ ਸੀਗੇ, ਹਾਂਜੀ, ਉਹ ਪਰਲੀ ਸਾਈਡ ਨੂੰ। ਉਹ ਬਾਪੂ ਜੀ ਚਲੋ ਤੁਹਾਨੂੰ ਨਾ ਜੀ, ਇੰਨਾ ਤਾਂ ਹੁਣ ਦੂਰੋਂ ਕੌਣ ਨਾ ਜੀ, ਦੂਰੋਂ ਹੁਣ ਕੀ ਪਤਾ ਲੱਗਦਾ ਸਰ, ਮੋਟਰਸਾਈਕਲ 'ਤੇ ਸੀ, ਹਾਂਜੀ, ਕੁੜੀ ਖੜੀ ਸੀ ਇੱਥੇ, ਹਾਂਜੀ, ਮੌਕੇ 'ਤੇ ਪੁਲਿਸ ਹੈ ਨਹੀਂ ਜੀ, ਪੁਲਿਸ ਹੈ ਨਹੀਂ, ਟ੍ਰੈਫਿਕ ਪੁਲਿਸ ਤਾਂ ਉਹ ਅੱਗੇ ਖੜੀ ਸੀ ਸਰ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।